ਸੀਗੇ ਸਾਂਝੇ ਕੀਤੇ ਸੀਗੇ ਇੱਕ ਹਫ਼ਤੇ ਦੇ ਵਿੱਚ ਅਸੀਂ ਜਿਹੜੀ ਪ੍ਰੋਗਰੈਸ ਕੀਤੀ ਹੈ ਅਸੀਂ ਕੀ ਕੀ ਕੀਤਾ ਹੈ ਕੋਵਿਡ 2019 ਨੂੰ ਟੈਕਲ ਕਰਨ ਲਈ ਉਹ ਇੱਕ ਵਾਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਪੂਰਾ ਹੱਕ ਹੈ ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵਾਰ ਦੱਸਿਆ ਸੀਗਾ ਸਾਡੇ ਕੰਟੇਨਮੈਂਟ ਏਰੀਆਸ ਕੁਝ ਵਧੇ ਹੋਏ ਸੀਗੇ ਚੰਗੀ ਖਬਰ ਇਹ ਹੈ ਕਿ ਇਸ ਹਫ਼ਤੇ ਸਾਡੇ ਕੰਟੇਨਮੈਂਟ ਏਰੀਆ ਘਟ ਕੇ 5 ਹੀ ਰਹਿ ਗਏ ਨੇ ਇੱਕ ਬਹਾਦਰਗੜ੍ਹ ਦੇ ਵਿੱਚ ਹੈਗਾ ਹਰਗੋਬਿੰਦ ਕਾਲਨੀ ਹੈਗੀ ਦੋ ਸਾਡੇ ਰਾਜਪੁਰਾ ਚ ਹੈਗਾ ਇੱਕ ਦੁਰਗਾ ਮੰਦਿਰ ਏਰੀਆ ਹੈਗਾ ਇੱਕ ਆਰਿਆ ਸਮਾਜ ਮੰਡੀ ਦੇ ਨੇੜੇ ਤੇੜੇ ਹੈਗਾ ਚੌਥਾ ਜਿਹੜਾ ਹੈਗਾ ਗੁਰੂ ਨਾਨਕ ਮੁਹੱਲਾ ਹੈ ਔਰ ਹੁਣ ਇੱਕ ਨਵਾਂ ਜਿਹੜਾ ਕੰਟੇਨਮੈਂਟ ਏਰੀਆ ਬਣ ਗਿਆ ਹੈ ਨਾਭੇ ਦੇ ਵਿੱਚ ਹੁਣ ਦੇਖਾ ਇਹ ਗਿਆ ਪਿਛਲੇ ਹਫ਼ਤੇ ਦੇ ਵਿੱਚ ਸਮਾਣਾ ਚ ਕੁਝ ਕੇਸ ਘਟੇ ਹੈ ਬਟ ਨਾਭਾ ਦੇ ਵਿੱਚ ਕੁਝ ਕੇਸ ਵੜੇ ਨੇ ਰਿਕੁਐਸਟ ਇਹ ਹੈ ਵਾਪਸ ਆਪਾਂ ਨੂੰ ਜਦ ਵੀ ਮੈਂ ਹਰ ਵਾਰ ਇਹੀ ਗੱਲਾਂ ਕਰਦਾ ਮੈਂ ਵਾਪਸ ਬਾਰ ਬਾਰ ਇਸ ਲਈ ਰਿਪੀਟ ਕਰਦਾ ਤੁਹਾਨੂੰ ਇਹ ਚੀਜ਼ ਸਮਝ ਵੀ ਆਏਗੀ ਤੇ ਪਤਾ ਵੀ ਲੱਗੇਗਾ ਅਸੀਂ ਕਿਵੇਂ ਜਿਹੜਾ ਹੈਗਾ ਇਹ ਕੰਮ ਕਰਦੇ ਪੋਜ਼ਿਟਿਵ ਕੇਸਿਸ ਆਉਂਦੇ ਅਸੀਂ ਉਹਨੂੰ ਐਨਾਲਾਈਜ਼ ਕਰਦੇ ਹਾਂ ਐਨਾਲਾਈਜ਼ ਕਰਕੇ ਇਹ ਐਸ ਪਰ ਗਵਰਨਮੈਂਟ ਆਫ ਪੰਜਾਬ ਜਿਹੜੇ ਰੂਲਸ ਹੈਗੇ ਸਾਰੇ ਹੈਲਥ ਪ੍ਰੋਟੋਕਾਲ ਹੈਗੇ ਉਸ ਹਿਸਾਬ ਨਾਲ ਸਾਡੇ ਮਾਈਕਰੋ ਕੰਟੇਨਮੈਂਟ ਐਂਡ ਕੰਟੇਨਮੈਂਟ ਏਰੀਆ ਬਣ ਜਾਂਦੇ ਹੈਗੇ ਇੱਥੇ ਅਸੀਂ ਐਗਰੈਸਿਵ ਸੈਂਪਲਿੰਗ ਕਰਦੇ ਸੈਂਪਲਿੰਗ ਕਰਨ ਦਾ ਮਤਲਬ ਇਹ ਭਾਵ ਇਹ ਹੈ ਕਿ ਇਹ ਏਰੀਆ ਸਾਡੇ ਹੌਟਸਪੌਟ ਬਣ ਜਾਂਦੇ ਹੈਗੇ ਔਰ ਇੱਥੇ ਜਿੰਨੇ ਵੀ ਬਜ਼ੁਰਗ ਹੈ ਜਾਂ ਕੋਈ ਕੋਮੋਰਬਿਡ ਸਾਡੇ ਮਰੀਜ਼ ਹੈਗੇ ਜਾਂ ਕੋਈ ਬੱਚੇ ਜਾਂ ਕੋਈ ਪ੍ਰੈਗਨੈਂਟ ਲੇਡੀਜ਼ ਉਹਨਾਂ ਦਾ ਜ਼ਰੂਰ ਅਸੀਂ ਟੈਸਟ ਕਰਕੇ ਉਹਨਾਂ ਨੂੰ ਜ਼ਰੂਰ ਪ੍ਰੋਟੈਕਟ ਕਰਦੇ ਹਾਂ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਾਡੀ ਜਿਹੜੀ ਡੈਥਸ ਹੈ ਉਹ ਘੱਟ ਤੋਂ ਘੱਟ ਹੋਵੇ ਖੁਸ਼ਖਬਰੀ ਇਹ ਹੈ ਚੰਗੀ ਖਬਰ ਇਹ ਹੈ ਕਿ ਸਾਡਾ ਜਿਹੜਾ CFR ਕੇਸ ਫਟੈਲਿਟੀ ਰੇਸ਼ੋ ਹੈ ਉਹ 1.57 ਹੀ ਹੈ ਇਹ ਬਹੁਤ ਘੱਟ ਹੈ ਬਟ ਅਗੇਨ ਨੈਗਲੀਜੈਂਸ ਨਹੀਂ ਹੋ ਸਕਦੇ ਕੰਪਲੇਸੈਂਟ ਨਹੀਂ ਹੋ ਸਕਦੇ ਸਾਡਾ ਜਿਹੜਾ ਸਰਕਾਰੀ ਅਦਾਰਾ ਉਹ ਕਾਫੀ ਜ਼ਿਆਦਾ ਜਿਹੜਾ ਹੈਗਾ ਹੁਣ ਅਗਸਤ ਮਹੀਨਾ ਸਾਡੇ ਲਈ ਬਹੁਤ ਇੰਪੋਰਟੈਂਟ ਹੈਗਾ ਤੁਸੀਂ ਦੇਖਿਆ ਕੇਸ ਵਧੇ ਨੇ ਬਟ ਦੋ ਦਿਨ ਪਹਿਲੇ ਮੰਡੇ ਔਰ ਟਿਊਜ਼ਡੇ ਅਗਰ ਤੁਸੀਂ ਦੇਖੋਗੇ ਕੇਸਿਸ 35 ਤੇ ਕੱਲ ਜਿਹੜਾ ਹੈਗਾ ਘੱਟ ਕੇਸਿਸ ਆਏ ਸੀਗੇ ਸਾਡੀ ਡਿਸਚਾਰਜ ਜਿਹੜੇ ਹੈਗੇ 90 ਦੇ ਨੇੜੇ ਤੇੜੇ ਹੋਏ ਤੋ ਹੁਣ ਜਿਹੜੇ ਡਿਸਚਾਰਜ ਜਿਹੜੇ ਹੈਗੇ ਉਹ ਜ਼ਿਆਦਾ ਹੋ ਰਹੇ ਨੇ ਐਕਟਿਵ ਕੇਸਿਸ ਘੱਟ ਆ ਰਹੇ ਨੇ ਬਟ ਅਗੇਨ ਮੈਂ ਵਹੀ ਰਿਕੁਐਸਟ ਕਰਾਂ ਸਾਡੀ ਇਹ ਜਿਹੜੀ ਮਿਹਨਤ ਹੈ ਸਾਡਾ ਜਿਹੜਾ ਇਹ ਪ੍ਰੋਗਰੈਸ ਹੈ ਸਾਰਾ ਕੁਝ ਤੁਹਾਡੇ ਹੱਥ 'ਚ ਹੈ ਜਦ ਤੱਕ ਤੁਸੀਂ ਨਾਲ ਨਹੀਂ ਆਓਗੇ ਕਈ ਨਾ ਕਈ ਜਿਹੜਾ ਹੈਗਾ ਅਸੀਂ ਫਿਰ ਪਿਛੜ ਜਾਵਾਂਗੇ ਬਾਰ ਬਾਰ ਮੈਂ ਇਹੀ ਕਹਿੰਦਾ ਹਰ ਇੱਕ ਜਦ ਵੀ ਸੈਸ਼ਨ ਹੁੰਦਾ ਹੈਗਾ ਦੋ ਤਿੰਨ ਜਿਹੜੀ ਨਈ ਗੱਲ ਅਸੀਂ ਐਡ ਕੀਤੀ ਹੈਗੀ ਅਸੀਂ ਇਸ ਹਫ਼ਤੇ ਕੋਸ਼ਿਸ਼ ਇਹ ਕੀਤੀ ਕਿ ਪ੍ਰਾਈਵੇਟ ਹਸਪੀਟਲ ਨੂੰ ਵੀ ਨਾਲ ਜੋੜਾਂਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਹੋਮ ਆਈਸੋਲੇਸ਼ਨ ਅਸੀਂ ਕਰਦੇ ਹਾਂ ਹੋਮ ਆਈਸੋਲੇਸ਼ਨ ਦੇ ਇਸ ਵਕਤ ਕਾਫੀ ਪੇਸ਼ੈਂਟ ਸਾਡੇ ਮੋਨੀਟਰ ਹੋ ਰਹੇ ਨੇ CCC ਦੇ ਵਿੱਚ ਪੇਸ਼ੈਂਟ ਹੈ ਕਿ ਜਿਹੜਾ ਸਾਡਾ ਮੈਰੀਟੋਰੀਆ ਸਕੂਲ ਬਣਾ ਹੈ ਉਹਦੇ ਬਾਅਦ ਅਗਰ ਉਹ ਭਰ ਜਾਏਗਾ ਤਾਂ ਥਾਪੜ ਹੈਗਾ ਪੰਜਾਬ ਯੂਨੀਵਰਸਿਟੀ ਹੈਗਾ ਲੋ ਯੂਨੀਵਰਸਿਟੀ ਹੈਗੀ ਉਸੇ ਤਰ੍ਹਾਂ ਸਾਡਾ ਜਿਹੜਾ ਲੈਵਲ 2 ਔਰ ਲੈਵਲ 3 ਦੀ ਜਿਹੜੀ ਫੈਸਿਲਿਟੀ ਹੈ ਲੈਵਲ 2 ਮਾਈਲਡ ਸਿੰਪਟੋਮੈਟਿਕ ਜਿਨ੍ਹਾਂ ਨੂੰ ਮਾੜੇ ਮੋਟੇ ਸਿੰਪਟਮ ਹੈਗੇ ਉਹਨਾਂ ਨੂੰ ਅਸੀਂ ਰਾਜਿੰਦਰਾ ਹਸਪੀਟਲ ਦੇ ਵਿੱਚ MCH ਬਿਲਡਿੰਗ 'ਚ ਰੱਖਦੇ ਹਾਂ ਲੈਵਲ 3 ਜਿਹੜੇ ਬੰਦੇ ਬਹੁਤ ਕ੍ਰਿਟੀਕਲ ਹੁੰਦੇ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਹੈ ਜਿਨ੍ਹਾਂ ਨੂੰ ਕ੍ਰਿਟੀਕਲ ਕੇਅਰ ਦੀ ਲੋੜ ਹੈ ਉਹਨਾਂ ਨੂੰ ਵੀ ਅਸੀਂ ਰਾਜਿੰਦਰਾ ਹਸਪੀਟਲ ਲੈ ਜਾਂਦੇ ਹੈਗੇ ਇਸ ਹਫ਼ਤੇ ਅਸੀਂ ਇਹ ਵੀ ਕੋਸ਼ਿਸ਼ ਕੀਤੀ ਰਾਜਿੰਦਰਾ ਹਸਪੀਟਲ 'ਚ ਜਿਹੜਾ ਵੀ ਕੁਝ ਥੋੜਾ ਬਹੁਤ ਜਿਹੜੀ ਕੋਈ ਕਮੀਆਂ ਸੀਗੇ ਉਹ ਵੀ ਅਸੀਂ ਕੋਸ਼ਿਸ਼ ਕੀਤੀ ਕਿ ਪੂਰੀ ਹਟਾਈਆ ਜਾਏ ਡੈਡ ਬਾਡੀ ਮੈਨੇਜਮੈਂਟ ਦਾ ਵੀ ਪ੍ਰੋਟੋਕਾਲ ਪੂਰਾ ਸੈੱਟ ਹੈਗਾ ਕੋਸ਼ਿਸ਼ ਇਹ ਹੈ ਕਿ ਲੋਕਾਂ ਨੂੰ ਕੋਈ ਅਸੁਵਿਧਾ ਨਾ ਹੋ ਬਟ ਆਪਾਂ ਨੂੰ ਇਹ ਵੀ ਸਮਝਣਾ ਹੈ ਕਿ ਥੋੜਾ ਪੇਸ਼ੈਂਸ ਰੱਖਣਾ ਥੋੜਾ ਜਿਹਾ ਸੰਯਮ ਵਰਤਣ ਦੀ ਲੋੜ ਹੈਗੀ ਪ੍ਰਾਈਵੇਟ ਹਸਪੀਟਲ ਮੈਂ ਜਿਹੜਾ ਅਸਲ ਜਿਹੜੀ ਇਸ ਹਫ਼ਤੇ ਅਸੀਂ ਐਡੀਸ਼ਨ ਕੀਤੀ ਹੈ ਵਰਧਮਾਨ 'ਚ ਵੀ ਅਸੀਂ ਜਿਹੜਾ ਹੈਗਾ ਹੁਣ ਪੇਸ਼ੈਂਟ ਜਾ ਰਹੇ ਨੇ ਉੱਥੇ ਵੀ ਕੁਝ ਬੈਡਸ ਇਹਨਾਂ ਨੇ ਇੰਡੀਕੇਟ ਕੀਤਾ ਹੈ ਮੈਂ ਜਦੋਂ ਹੀ ਕੁਝ ਫਾਈਨਲ ਹੋ ਜਾਏਗਾ ਜਦੋਂ ਹੀ ਇਹ ਮੈਪਿੰਗ ਫਾਈਨਲ ਹੋ ਜਾਏਗੀ ਅਸੀਂ NICU ਦੀ ਵੈਬਸਾਈਟ ਆਪਣੇ DPRO ਸਾਹਿਬ ਦੇ ਮਾਧਿਅਮ ਤੇ ਵੀ ਤੁਹਾਡੇ ਤੱਕ ਇਹ ਖਬਰ ਪਹੁੰਚਾਵਾਂਗੇ ਨੀਲਮ ਹਸਪੀਟਲ ਰਾਜਪੁਰਾ ਉਹ ਵੀ ਜਿਹੜਾ ਹੈਗਾ ਹੁਣ ਸਾਡੇ ਨਾਲ ਹੈਗਾ ਨਾਰਾਇਣ ਹਸਪੀਟਲ ਹੈ ਇਹਦੇ ਵਿੱਚ IMA ਜਿਹੜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਹਨਾਂ ਦੀ ਜਿਹੜੀ ਕੋਆਪਰੇਸ਼ਨ ਦੇ ਨਾਲ ਅਸੀਂ ਇਹ ਸ਼ੁਰੂ ਕਰਨ ਜਾ ਰਹੇ ਅੱਜ 2 ਵਜੇ ਤੱਕ ਇਹ ਐਕਟਿਵ ਹੋ ਗਿਆ ਸੀਗਾ ਅਸੀਂ ਕੱਲ ਤੋਂ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਜਿਹੜਾ ਹੈਗਾ ਇਹਦਾ ਲਾਭ ਮਿਲੇ ਬਾਕੀ ਸਾਡੀ ਟੈਸਟਿੰਗ ਜਿਹੜੀ ਹੈਗੀ ਵੱਧ ਕੇ ਨੇੜੇ ਤੇੜੇ ਪਿਛਲੇ ਹਫ਼ਤੇ ਮੈਂ ਤੁਹਾਨੂੰ ਕਿਹਾ ਸੀਗਾ 22,000 ਪਰ ਮਿਲੀਅਨ ਟੈਸਟ ਹੋ ਰਿਹਾ ਹੈ ਟੈਸਟਿੰਗ ਕਾਫੀ ਹੋ ਰਹੀ ਹੈ ਐਂਟੀਜਨ ਟੈਸਟਿੰਗ ਹੋ ਰਹੀ ਹੈ ਕੋਸ਼ਿਸ਼ ਇਹ ਕਿ ਕੰਟੇਨਮੈਂਟ ਏਰੀਆ 'ਚੋਂ ਵੱਧ ਚੜ੍ਹ ਕੇ ਅਸੀਂ ਟੈਸਟ ਕਰਾਵਾਂ ਹੁਣ ਜਿਹੜਾ ਕੁਝ ਕੁਐਸਚਨ ਆਨਲਾਈਨ ਜਿਹੜੇ ਸਾਡੇ ਕੋਲ ਲਾਈਵ ਸੈਸ਼ਨ 'ਚ ਆਏ ਸੇਮ ਰਿਪੀਟੇਟਿਵ ਕੁਐਸਚਨ ਮੈਂ ਕੋਸ਼ਿਸ਼ ਕਰਾਂਗਾ ਬਾਰ ਬਾਰ ਇਹਦਾ ਆਨਸਰ ਦੇਣ ਦਾ ਇਹਦੇ ਵਿੱਚ ਇਹ ਲਿਖਿਆ ਹੈ ਜੀ ਕਿ JP ਸਿੰਘ ਆਲੂਵਾਲੀਆ ਸਾਹਿਬ ਹੈਗੇ ਇਹ ਤਫਜਲਪੁਰੇ ਤੋਂ ਹੈ ਇਹ ਕਹਿੰਦੇ ਜੀ ਟੈਲੀਫੋਨ ਟਾਵਰ ਲਗਾਇਆ ਹੋਇਆ ਹੈ ਔਰ 4-5 ਕੰਪਨੀ ਮਿਲ ਕੇ ਜ਼ਿਆਦਾ ਗਿਣਤੀ ਵਿੱਚ ਸੈਕਟਰ ਟਾਵਰ ਲਗਾ ਦਿੱਤੇ ਗਏ ਹਨ ਪਿਛਲੇ 1 ਸਾਲ ਤੋਂ ਇਸ ਟਾਵਰ ਦੇ ਨੇੜੇ ਤੇੜੇ ਰੋਗਾਂ ਦੀ ਗਿਣਤੀ ਵੱਧ ਰਹੀ ਹੈ ਆਲੂਵਾਲੀਆ ਸਾਹਿਬ ਇਹ ਚੈੱਕ ਕਰਾ ਲੈਣਾ ਜੀ ਟਾਵਰ ਅਗਰ ਪ੍ਰੋਪਰ ਗਾਈਡਲਾਈਨ ਪ੍ਰੋਪਰ ਪਾਲਿਸੀ ਦੇ ਹਿਸਾਬ ਨਾਲ ਜੀ ਟੈਲੀਕਾਮ ਪਾਲਿਸੀ ਹੈ ਸਾਡੀ NOC ਹੈ ਤਾਂ ਤੋਂ ਠੀਕ ਹੈ ਅਗਰ ਕੋਈ ਦਿੱਕਤ ਹੈ ਕਿ ਅਗਰ ਆਪਾਂ ਨੂੰ ਲੱਗਦਾ ਹੈ ਕਿ ਉੱਥੇ ਕਿਸੇ ਨੂੰ ਕੋਈ ਜਾਨ ਦਾ ਖਤਰਾ ਹੈ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਹੈਲਥ ਦਾ ਕੋਈ ਇਸ਼ੂ ਅਸੀਂ 133 ਦਾ ਪਰਚਾ ਕਰਕੇ SDM ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਉੱਥੋਂ ਇੱਕ ਵਾਰ ਜਾਂਚ ਲੈ ਅਗਰ ਲੋੜ ਪਏਗੀ ਤਾਂ ਅਸੀਂ 133 ਦੀ ਕਾਰਵਾਈ ਸ਼ੁਰੂ ਕਰਾ ਦੇਵਾਂਗੇ ਜੀ CRPC ਵੀ 133 ਦਾ ਭਾਵ ਇਹ ਕਿ ਅਸੀਂ ਇੱਕ ਰਿਲੇਟਿਵ ਆਰਡਰ ਪਾਸ ਕਰਕੇ ਬਾਅਦ 'ਚ ਤੁਹਾਡੀ ਜਿਹੜੀ ਹੈਗੀ ਉਹਦੇ ਵਿੱਚ ਇਨਕੁਆਇਰੀ ਕਰਕੇ ਐਬਸੋਲਿਊਟ ਕਰ ਦਿੰਦੇ ਆਰਡਰ ਔਰ ਪੁਲਿਸ ਨੂੰ ਅਸੀਂ ਜਿਹੜਾ ਹੈਗਾ ਹਦਾਇਤ ਕਰ ਦਿੰਦੇ ਹਾਂ ਮਮਤਾ ਰਾਜ ਮਮਤਾ ਜੀ ਹੈ ਇਹ ਸਾਨੂੰ ਕਹਿੰਦੇ ਜੀ ਸਕੂਲ ਜਿਹੜੀ ਹੈ ਕਿ ਫੀਸ ਕਾਫੀ ਡਿਮਾਂਡ ਕਰ ਰਹੀ ਹੈ
कोशिश यह है कि काफी कंफ्यूजन है मैडम, कंफ्यूजन कोई नहीं है जी। देखिए ये कॉन्फ्लिक्ट ऑफ इंटरेस्ट होंगे, कई हर बंदे का सोचने का तरीका वखरा होंगे, ये एक स्टेट लेवल इशू है। स्टेट लेवल से सीएम साहब काफी जेड़ा है ये सहूलियत कर रहे हैं, एजुकेशन मिनिस्टर साहब के नाल भी कई बार हर फोरम से कई बार उन्होंने जेड़ा है इसकी व्याख्या की है। मैं बस ये रिक्वेस्ट करूंगा कि काइंडली वेट फॉर द राइट टाइम, स्टेट गवर्नमेंट विल कम अप विद सम पॉलिसी और मे बी सम रूल्स और रेगुलेशन। रुपिंदर सिंह है जी, गुरिंदर सिंह है जी, ये कहते हैं जी आई वॉन्ट टू रिक्वेस्ट योर गुड ऑफिस टू प्लीज पुट प्रॉपर कर्फ्यू फ्रॉम 7 to 7। गुरिंदर सिंह जी ये मैं वापस वही रिपीट कर रहा हूँ जी, गवर्नमेंट ऑफ इंडिया होम मिनिस्ट्री की गाइडलाइन होती है, बाद से साडे होम सैक्रटरी साहब है उन्होंने वालों सू हिदायत होती है। हाले साडे कोल कोई भी लॉकडाउन का कोई प्रावधान नहीं है, वीकेंड जरूर लॉकडाउन है, रात भी जरूर तुम देखोगे अनलॉकडाउन जो 3.0 है जो पंजाब सरकार वालों किया गया वो पूरा प्रॉपर एग्जॉस्टिव ऑर्डर है, अगर तुम देखोगे तो सारा कुछ है। बट फिर मैं वही कोशिश करूंगा, रादर वी इम्पोज लॉकडाउन, कांट वी हैव दैट सॉर्ट ऑफ सेल्फ प्रिविलेज कि आप खुद लॉकडाउन का पालन करिए, जब तक तुम अवॉइड कर सकते हो प्लीज घरे रहो। मैं बार बार वही कहता जी बिना गल्ला च बाहर घूमने का कोई फायदा नहीं है। आई रिक्वेस्ट थोड़े माध्यम से भी थोड़े मोहल्ले से भी लोग रहते हैं, तुम भी अपने वालों समझाओ, जब तक कोई जरूरी नहीं है, बहुत ज्यादा जरूरी नहीं है तुम बाहर ना निकलो। जतिन बंसल साहब है ये कहते जी प्लीज ओपन कोचिंग सेंटर एंड आईलेट सेंटर विद पॉसिबल मैक्सिमम मिनिमम नंबर ऑफ स्टूडेंट, अगर जिम खुल सकते हैं, योगा सेंटर खुल सकते हैं, रिलीजियस खुल सकते हैं तो व्हाई कांट दिस कोचिंग सेंटर। बंसल साहब कंपैरिजन तो मैं नहीं कर सकता, ना मेरे को इख्तियारात है इस चीज में। बाकी ये है कि बच्चे सब तो ज्यादा वल्नरेबल सेक्शन है, जब भी आदेश होएगा सरकार का असं नाल खुलवा देवे। बाकी मैंने लगता है कि बहुत ज्यादा दिन आपको वेट करने की लड़ है, मैं जिमें धीरे धीरे इकोनमी ओपन हो गई है, तुम देखोगे पहले गुड्स एंड कैरियर ओपन हुए, फिर तुम देखोगे इंडस्ट्रीज ओपन हुई, मार्केट्स ओपन हुई, एसेंशियल कमोडिटी नॉन एसेंशियल कमोडिटी, हम पिछले हफ्ते देखा लॉकडाउन 3.0 जो गवर्नमेंट ऑफ इंडिया का आदेश है वो जिम वगैरह योगा सेंटर वगैरह खोले गए। मैं आज कल जल्दी तो जल्दी खोलिया जाएगा, बच्चों को भी सहूलियत दी जाएगी, बट अपन ये समझने की लड़ है कि यदा ऑल्टरनेटिव भी ऑनलाइन क्लासेस है, जो डिजिटल रेवोल्यूशन जो आप कहते डिजिटली भी आप पढ़ सकते हैं। नित्या अरोड़ा जी है नाभा से, ये कहते जी इलीगल शॉप का लेंटर पाया हुआ है नाभे तो। मैडम मैं ईओ नाभा नु कहूंगा जी थोड़े नाल राबता करेंगे, कोशिश ये रहेगी कि साडे वालों बहुत सिंगल पॉइंट हिदायत है, कोई भी नाजायज उसारी नहीं होगी, अगर होगी तो प्रॉपर जो अपने कानून मुताबिक एक्शन लिया जाएगा जी। कुलदीप सोमल जी है जी, ये कह रहे हैं जी बहादुरगढ़ पटियाला काफी बुरा हाल है जी, मैं समझ नहीं किस चीज का तुम इंडिकेट करो, मैं ये मानता कि तुम कोविड के बारे गल कहते हो, मैं थोड़े माध्यम से लोगों को फिर यही अपील करता मास्क पाओ जी, अपने घर आप अननेसेसरी बाहर ना निकलो, अपने घर वाले का बहुत ध्यान रखो जी। रतन ड्राई क्लीनर स्टीम प्रेस ये पिछले हफ्ते भी सीखे सेम क्वेश्चन है, मैंने जो जहां तक मेरा ध्यान है मेरा मेरी मेमोरी कहती है, ये कहते इंटरस्टेट ट्रैवलर की प्रॉपरली स्क्रूटनी नहीं होनी। रतन जी साढ़े चार इंटरस्टेट टाके बैरियर जिम्मे कि मैं थोड़ा पिछले बार दसिया, साडा शंभू बैरियर है, चीका रोड है, पीओआर रोड और पात्रा के है, साड़ी कोशिश यही होंगी कोवा ऐप जेडे भी ई रजिस्टर होकर आ रहे हैं, मैं फिर तो रिपीट कर रहा जी प्री रजिस्ट्रेशन फॉर्म है साडा कोवा ऐप ई रजिस्टर होकर आ रहे हैं, उन्होंने असं सिर्फ ई रजिस्ट्रेशन जरा देख के उन्होंने छड़ देंगे, बाकी उन्होंने कोवा ऐप के थ्रू असं अपनी मेडिकल टीम आर आर टी साढ़े सैक्टर मजिस्ट्रेट वालों उन्होंने टैसटिंग भी होंगी, उन्होंने पूरी सर्वेलेंस होती है। शाही शाही करके हैं जी, इन्होंने ये क्या है जी म्यूनिसिपल कमिश्नर कमेटी पात्रा दे विच गार्बेज डंप फ्लो हो रहा है। शाही साहब मैं तुम्हें ये रिक्वेस्ट करना चाहूंगा जी उत्थे इशू हैगा, असी कल ही वीरवार में 11 बजे मीटिंग रखी है, सॉलिड वेस्ट साडा उत्थे कोई इशू है, साडी लैंड जिहड़ी है कि हुण वो लीज वगैरह खत्म हो गई, ये सारा स्टडी करके कल मीटिंग रख रहे हैं, असी प्राइस फिक्स करके कोशिश करांगे इस महीने के अंत में एक प्रॉपर डंप एरिया तुम्हें जो इंडीकेट करके एटलीस्ट लोगों को यदि सहूलियत दी जाए। हरजोत सिंह जी कहते हैं जी टोकन सिस्टम शुरू हो जाना चाहिए मैंडेटरी पब्लिक डीलिंग के लिए, एकदम ठीक है जो जी टोकन सिस्टम होना चाहिए, बट लोगों के संयम बहुत घट है जी, असं कोशिश करते हैं, असं इनफैक्ट तुम मेरे ऑफिस आओगे पीछे असं सर्कल भी मार्क किए, पुलिस भी तैनात है, बट रिक्वेस्ट है जब तक लोगों के जब तक अपने अंदरों नहीं आएगा बहुत मुश्किल है, पर टोकन सिस्टम असं शुरू करवा देवे जी। सनी रहे जाए जी ये नाभा तो है, नाभे जी यही सेम है कि मास्क वगैरह लोग नहीं पहन रहे, सनी जी मैं नाभा होके आया सीगा, मेरी रिक्वेस्ट ये है कि 70 से 80% लोग हाले फॉलो करते हैं, 20% जी मुंडीर है कि बच्चे है वो कई बार थोड़े नेग्लिजेंट होंगे, ऐसा नहीं कि वो रिस्पॉन्सिबल नहीं है, बट बच्चे अपने बच्चे का जिम्मे दिमाग होता है, आप रिक्वेस्ट करें हर पेरेंट्स की रिश्तेदारों की अपने बच्चों को संभाल के रखो, कोशिश है कि 20% लोग जो नहीं पहन रहे उन्होंने पर पीयर प्रेशर कम्युनिटी प्रेशर तुम बनाओ जी, साढ़े वालों भी चालान हो रहे बट चालान एक लिमिट तक कर सकते हैं। जे सोही है
ये अर्बन स्टेट ਦੇ ਵਿੱਚ ਰਹਿੰਦੇ ਜੀ ਇਹ ਕਹਿੰਦੇ ਜੀ ਕਾਉਸੇ ਸਗਰਾ ਲਗਣਾ ਚਾਹੀਦਾ ਹੈਗਾ ਲੋਕਲ ਗਊਸ਼ਾਲਾ ਦੇ ਵਿੱਚ ਸਾਰੀ ਪੇਡ ਫੀਸ ਹੈਗੀ ਬੇਸਿਕਲੀ ਇਹਨਾਂ ਦਾ ਕਹਿਣਾ ਕਿ ਸਟ੍ਰੇ ਕੈਟਲ ਦਾ ਕਾਫੀ ਇਸ਼ੂ ਹੈ ਸੋਈ ਸਾਹਿਬ ਇੱਕਦਮ ਠੀਕ ਹੈ ਪਿਛਲੇ 2 ਹਫ਼ਤੇ ਦੇ ਵਿੱਚ ਦੇਖਿਆ ਗਿਆ ਕਿ ਸਟ੍ਰੇ ਕੈਟਲ ਦਾ ਇਸ਼ੂ ਕਾਫੀ ਵਧਿਆ ਹੈਗਾ ਕਮਿਸ਼ਨ ਕਾਰਪੋਰੇਸ਼ਨ ਮੈਡਮ ਨੇ ਇਹਨੂੰ ਜਿਹੜਾ ਹੈਗਾ ਹਾਊਸ ਦੇ ਵਿੱਚ ਵੀ ਇਸ ਇਸ਼ੂ ਨੂੰ ਉਠਾਇਆ ਹੈ ਉਹਨਾਂ ਦੇ ਨਾਲ ਮੀਟਿੰਗ ਵੀ ਹੋਈ ਹੈ ਸ਼ੀ ਇਜ਼ ਵੈਰੀ ਕੌਨਸ਼ੀਅਸ ਅਬਾਊਟ ਦਿਸ ਐਂਡ ਸ਼ੀ ਇਜ਼ ਆਲਰੇਡੀ ਵਰਕਿੰਗ ਔਨ ਦਿਸ ਜਸਟ ਗਿਵ ਅਸ ਦਿਸ ਮੰਥ ਵੀ ਵਿਲ ਇਨਸ਼ੋਰ ਕਿ ਜਿਹੜਾ ਵੀ ਕੁਝ ਇਸ਼ੂਜ਼ ਹੈਗੇ ਇਹਨਾਂ ਨੂੰ ਅਸੀਂ ਦੂਰ ਕਰੀਏ सुनील गुप्ता जी हैं ये कहते जी आई एम इंटरेस्टेड टू डू वर्क एज अ कोरोना वॉरियर गुप्ता साहब बहुत बहुत वेलकम जी कभी भी तुसी आ जाओ ब्लड डोनर हो तुसी बहुत चंगी गल है और ब्लड डोनेशन से बड़ा कोई काम नहीं होता यू कैन विजिट माई ऑफिस मे बी तुसी कल परसों जब भी 11 बजे तुहाडे कोल टाइम है मेरे को आ जाओ तुसी जो करना चाहो कर सकते हो कानून के दायरे दे विच रह के वरुण कुमार सूद है जी ये हाफ केयर ऑफ वुमेन पैसेंजर इन गवर्नमेंट बसेज फेयर की गल करते हैं जी औरतों का फेयर जिहड़ा हैगा आधा होना चाहिए हैगा वरुण जी अगेन ये इशू मेरे इख्तियार च नहीं है बाकी तुहाडी जिहड़ी सजेशन है मैं उपर पहुंचा देवांगा सिमरन शर्मा है बच्ची है ये कहती है जी मैं गवर्नमेंट जॉब के नाल प्रिपेयर कर रही हूँ जब रिलीजियस प्लेसेस खुल सकते हैं तो वाई नॉट कोचिंग सेंटर बेटा मैं जिस तरह से पहली एक क्वेश्चन से मैं जिम्मे एक आंसर दसिया जब भी हुक्म आएंगे सरकार से असं नाल दे नाल खुलवा देवांगे सतनाम सिंह जी है ये कहते जी थर्सडे आनंद नगर के सब्जी मंडी लगती है 6 से 9:30 बजे अगर कोरोना पॉजिटिव कोई बंदा आएगा तो हु विल बी रिस्पॉन्सिबल तो सतनाम जी तुसी अगर देखोगे 2 हफ्ते पहले असी सब्जी मंडी बंद कराई सी उत्थे असी एक्टिव सैंपलिंग करते हैं रिस्पॉन्सिबल असी है जी अगर प्रशासन आएगा तो असी रिस्पॉन्सिबल है साडे वालों यही कोशिश है तुहाडे माध्यम से भी लोगों को ये अपील करते हैं जी जिन्हों माड़ा मोटा भी टैंपरेचर है खांसी है जुकाम है बॉडी एक कर रहा है सर दर्द हो रहा है काइंडली तुसी किसी भी एरिया से ना घूमो बाकी तुहाडा जिहड़ा हैगा मैं डिस्ट्रिक्ट मंडी ऑफिसर की मैं फिर ड्यूटी लगा दूंगा कल मैं खुद आके अगर टाइम मिले मैं जल्दी फ्री हो गया तो मैं सब्जी मंडी आके खुद चेक कराता जी जसबीर जस्सी जी है जी ये कहते जी जेडे बंदे कैंटर गड्डिया लेके दिल्ली तो बाहर या बाहर के सूबे तो आ रहे हैं उन्हों का टेस्ट या क्वारंटाइन क्यों नहीं किया जा रहा जी प्रशासन वालों क्यों कार्रवाई नहीं की जा रही जस्सी साहब मैं वही कह रहा जी 3 फेज है जी ਜਿਹੜਾ ਵੀ ਬਾਹਰ ਦਾ ਬੰਦਾ ਆਉਂਦਾ ਸਾਡੇ ਵੱਲੋਂ ਜਿਹੜਾ ਕੋਵਾ ਐਪ ਦੇ ਵਿੱਚ ਰਜਿਸਟਰ ਹੈ ਜਿਹੜਾ ਸਾਡੇ ਸੈਲਫ ਰਿਪੋਰਟਿੰਗ 104 ਜਿਹੜੀ ਹੈਲਪਲਾਈਨ ਹੈ ਸਾਡਾ ਇਤਿਹਾਸ ਜਿਹੜਾ ਪ੍ਰੋਜੈਕਟ ਅਸੀਂ ਸ਼ੁਰੂ ਕੀਤਾ ਜਿੱਥੇ ਟਾਵਰ ਸਾਡੀ ਮੋਬਾਈਲ ਲੋਕੇਸ਼ਨ ਅਸੀਂ ਟਰੇਸ ਕਰਦੇ ਉਹਨਾਂ ਦਾ ਅਸੀਂ ਲਾਜ਼ਮੀ ਟੈਸਟ ਕਰਦੇ ਜਿਹੜੇ ਬੰਦੇ ਇਸ ਪਰਿਵਿਊ ਤੋਂ ਵੀ ਬਾਹਰ ਰਹਿ ਜਾਂਦੇ ਸਾਡੇ DPRO ਸਾਹਿਬ ਵੱਲੋਂ ਵੀ ਬਾਰ ਬਾਰ ਜਿਹੜਾ ਅਸੀਂ ਕੇਰਲਾ ਮਾਡਲ ਜਿਹੜਾ ਸ਼ੁਰੂ ਕੀਤਾ ਸੀ ਅਪ੍ਰੈਲ ਮਹੀਨੇ ਦੇ ਵਿੱਚ ਤੁਹਾਡੇ ਮਾਧਿਅਮ 'ਚ ਵੀ ਸਾਨੂੰ ਅਗਰ 104 ਸਾਡੇ ਕੰਟਰੋਲ ਰੂਮ 'ਚ ਕੋਈ ਆ ਜਾਏ ਤੇ ਕੋਈ ਬੰਦਾ ਬਾਹਰੋਂ ਆਇਆ ਤੁਸੀਂ ਸਾਨੂੰ ਦੱਸੋ ਅਸੀਂ ਨਾਲ ਦੇ ਨਾਲ ਉਹਨਾਂ ਨੂੰ ਸਰਵੇਲੈਂਸ 'ਚ ਲਵਾਂਗੇ ਜੀ ਬਾਕੀ शिवानी सूद जी है ये वापस स्ट्रे कैटल की गल कर रहे हैं मैडम साढ़ू इस महीने का टाइम तो कमिश्नर कारपोरेशन मैडम हैज ऑलरेडी हैड अ मीटिंग असी कोशिश करांगे इस महीने के अंत तक असी वध तो वध जिहड़े साढ़े स्ट्रे कैटल है उन्होंने चक्के असी अपनी सरकारी गौशाला है गाजीपुर समाड़े के उत्थे ले जाओ बहुत बहुत धन्यवाद जय हिंद